ਹੈਲੋ एवरीवन ਸਾਰਿਆਂ ਨੂੰ ਪਿਆਰ ਭਰ ਸਤਿ ਸ਼੍ਰੀ ਅਕਾਲ ਤੁਹਾਡਾ ਸਾਰਿਆਂ ਦਾ ਸਾਡੇ ਚੈਨਲ ਵਿੱਚ ਬਹੁਤ ਬਹੁਤ ਸਵਾਗਤ ਹੈ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਡੇ ਲਈ ਲੈ ਕੇ ਆਏ ਆਂ ਵੀ ਜਿਹੜੀ ਸ਼ਰਟ ਦੇ ਵਿੱਚ ਆਪਾਂ ਪਲੇਟਾ ਪਾਉਣੇ ਆ ਉਹਦੀ ਸਾਈਡ ਫਿਟਿੰਗ ਆਪਾਂ ਕਿਵੇਂ ਲਾਉਣੀ ਆ ਤੇ ਇਹਦੇ ਵਿੱਚ ਆਪਾਂ ਤੁਹਾਨੂੰ ਉਹਦੀਆਂ ਪਲੇਟਾ ਪਾਉਣ ਬਾਰੇ ਵੀ ਦੱਸਾਂਗੇ ਵੀ ਪਲੇਟਾ ਕਿਵੇਂ ਪਾਉਣੀ ਆ ਇਸ ਨੂੰ ਸਿੱਖਣ ਲਈ ਵੀਡੀਓ ਨਾਲ ਅੰਤ ਤੱਕ ਬਣੇ ਰਹੋ ਵੀਡੀਓ ਵਧੀਆ ਲੱਗੇ ਵੀਡੀਓ ਨੂੰ ਲਾਈਕ ਜ਼ਰੂਰ ਕਰਿਓ ਤੇ ਚਲੋ ਹੁਣ ਆਪਾਂ ਆਪਣੀ ਇਸ ਵੀਡੀਓ ਨੂੰ ਸ਼ੁਰੂ ਕਰਦੇ ਆਂ ਹਾਂਜੀ ਆ ਆਪਣੀ ਸ਼ਰਟ ਦੀ ਕਟਿੰਗ ਕੀਤੀ ਹੋਈ ਆ ਇਹਦੇ ਉੱਤੇ ਆਪਾਂ ਤੁਹਾਨੂੰ ਪਲੇਟਾ ਪਾ ਕੇ ਦਿਖਾਵਾਂਗੇ ਤੇ ਨਾਲੇ ਇਹਦੀ ਜਿਹੜੀ ਆ ਫਿਟਿੰਗ ਵਾਲੀ ਸਲਾਈ ਆ ਇਹ ਆਪਾਂ ਤੁਹਾਨੂੰ ਲਾ ਕੇ ਦਿਖਾਵਾਂਗੇ ਤੇ ਚਲੋ ਹੁਣ ਇਹਨੂੰ ਆਪਾਂ ਤਿਆਰ ਕਰਨ ਵਾਸਤੇ ਚੱਲਦੇ ਆ ਮਸ਼ੀਨ ਤੇ ਸਭ ਤੋਂ ਪਹਿਲਾਂ ਆਪਾਂ ਕੀ ਕਰਨਾ ਹੈ ਇਸ ਤਰ੍ਹਾਂ ਇਸ ਤਰ੍ਹਾਂ ਕੋਈ ਵੇਸਟ ਕੱਪੜਾ ਲੈ ਲੈਣਾ ਪਹਿਲਾਂ ਇਹਦੇ ਉੱਤੇ ਆਪਾਂ ਇੱਕ ਸਲਾਈ ਲਾ ਦੇਣੀ ਆ ਪਲੇਟਾ ਪਾਉਣ ਤੋਂ ਪਹਿਲਾਂ ਆਪਾਂ ਮਸ਼ੀਨ ਦੇ ਇਸ ਤਰ੍ਹਾਂ ਵਲਜੇ ਬਣਾ ਲੈਣੇ ਆ ਵੜ ਜੇ ਤਾਂ ਬਣਾਉਨੇ ਆ ਇਹਦੇ ਨਾਲ ਜਿਹੜੀ ਆਪਣੀ ਆ ਪਲੇਟ ਦੀ ਸਲਾਈ ਲੱਗਦੀ ਹੈ ਪੱਕੀ ਲੱਗਦੀ ਹੈ ਫਿਰ ਆ ਅਗਲੇ ਪਾਸੇ ਤੋਂ ਇਹ ਖੁੱਲਦੀ ਨਹੀਂ ਹੈ ਜੀ ਹੁਣ ਆਪਾਂ ਕੀ ਕਰਾਂਗੇ ਆ ਜਿਹੜਾ ਆਪਾਂ ਕੱਟ ਲਾਇਆ ਸੀ ਇਹਨੂੰ ਆਪਾਂ ਇਸ ਤਰ੍ਹਾਂ ਕੱਟ ਤੋਂ ਆਪਾਂ ਇਹਨੂੰ ਇਸ ਤਰ੍ਹਾਂ ਫੜ ਲੈਣਾ ਇਸ ਤਰ੍ਹਾਂ ਫੜ ਕੇ ਆਪਾਂ ਜਿੰਨੀ ਲੰਮੀ ਪਲੇਟ ਦਾ ਨਿਸ਼ਾਨ ਲਾਇਆ ਸੀ ਉਥੋਂ ਤੱਕ ਆਪਾਂ ਇਹਨੂੰ ਐਂ ਕਰ ਲੈਣਾ ਤੇ ਇੱਥੋਂ ਆਪਾਂ ਇਹਦੀ ਸਲਾਈ ਸ਼ੁਰੂ ਕਰਨੀ ਆ ਇੰਨੀ 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 ਸ਼ੁਰੂ ਕਰਕੇ ਆਪਾਂ ਘਟਾਉਂਦੇ ਘਟਾਉਂਦੇ ਇਹਨੂੰ ਇੱਥੇ ਲਿਆ ਕੇ ਮਲਾ ਦੇਣਾ ਅਲਿਖੋ ਇਸ ਤਰ੍ਹਾਂ ਆਪਣੀ ਇਹ ਪਲੇਟ ਪੈ ਗਈ ਹੁਣ ਆਪਾਂ ਇਧਰ ਇਧਰ ਲਈ ਪਲੇਟ ਵੀ ਪਾ ਲੈਣੀ ਆ ਉਹਦੇ ਵਾਸਤੇ ਆਪਾਂ ਕੀ ਕਰਨਾ ਆਪਾਂ ਇਸ ਤਰ੍ਹਾਂ ਰੱਖਣਾ ਹੈ ਆਇਆ ਪਲੇਟ ਦਾ ਇੱਥੋਂ ਆਪਾਂ ਇਹਨੂੰ ਐ ਫੜਨਾ ਤੇ ਇਸ ਤਰ੍ਹਾਂ ਕਰਕੇ ਇੱਥੋਂ ਤੱਕ ਆਪਾਂ ਪਲੇਟ ਪਾਉਣੀ ਆ ਜਿਹੜਾ ਆਪਾਂ ਨਿਸ਼ਾਨ ਲਾਇਆ ਸੀ ਆ ਆਪਣੀ ਸਾਈਡ ਪਲੇਟ ਹੋ ਗਈ ਆ ਦੇਖੋ ਇਸ ਤਰ੍ਹਾਂ ਕਰਕੇ ਉਸ ਤੋਂ ਬਾਅਦ ਆਪਾਂ ਇਧਰਲੇ ਪਾਸੇ ਵੀ ਇਸੇ ਤਰ੍ਹਾਂ ਪਲੇਟ ਪਾਉਣੀ ਹੈ ਆਪਾਂ ਇਹਨੂੰ ਇਸ ਤਰ੍ਹਾਂ ਕਰਕੇ ਫੜ ਲੈਣਾ ਆਪਾਂ ਨੂੰ ਇਹ ਇੱਥੇ ਨਿਸ਼ਾਨ ਲਾਣਾ ਜਿੰਨਾ ਆਪਾਂ ਉਧਰ ਨਿਸ਼ਾਨ ਲਾਇਆ ਸੀ ਉਨਾ ਹੀ ਲਾਉਣਾ ਆਪਾਂ ਇਹਨੂੰ ਇਸ ਤਰ੍ਹਾਂ ਕਰਕੇ ਫੜ ਲੈਣਾ ਘੱਟ ਤੋਂ ਐਂ ਕਰਕੇ ਇਹਦੇ ਉੱਤੇ ਆਪਾਂ ਸिलाई ਸ਼ੁਰੂ ਕਰਨੀ ਹੈ ਤੇ ਇੱਥੇ ਲੈ ਕੇ ਖਤਮ ਕਰ ਦੇਣੀ ਹੈ ਕੀ ਕਰਨਾ ਜਿਹੜੀ ਆ ਸਿੱਧੀ ਆ ਆਹ ਵਾਲੀ ਸਿੱਧੀ ਪਲੇਟ ਆ ਇਹ ਵੀ ਆਪਾਂ ਪਾ ਲੈਣੀ ਆ ਦੋਨੋਂ ਪਾਸੇ ਆਪਾਂ ਇਹਨੂੰ ਇਸ ਤਰ੍ਹਾਂ ਫੜਨਾ ਇਸ ਤਰ੍ਹਾਂ ਕਰਕੇ ਰੱਖਣਾ ਇਹਨੂੰ ਇੱਥੋਂ ਆਪਾਂ ਸਲਾਈ ਸ਼ੁਰੂ ਕਰਨੀ ਆ ਦੀ ਬਰੀਕ ਜੀ ਤੇ ਵਧਾਉਂਦੇ ਵਧਾਉਂਦੇ ਆਪਾਂ ਇਹਨੂੰ ਇੱਥੇ ਲਿਆ ਕੇ ਇਹਨੂੰ ਆਪਾਂ ਅੱਧੇ ਇੰਚ ਤੇ ਕਰ ਲੈਣੀ ਜਿਹੜਾ ਆਪਣਾ ਪਲੇਟ ਦਾ ਅੱਧਾ ਉੱਥੇ ਲਿਆ ਕੇ ਆਪਾਂ ਇਹਨੂੰ ਅੱਧੇ ਇੰਚ ਤੇ ਕਰ ਲੈਣਾ ਉਸ ਤੋਂ ਬਾਅਦ ਹੁਣ ਆਪਾਂ ਫੇਰ ਇਹਨੂੰ ਇੱਥੇ ਕਟਾਉਂਦੇ ਇੱਥੇ ਲਿਆ ਕੇ ਖਤਮ ਕਰ ਦੇਣਾ ਦੇਖੋ ਅਗਲੇ ਪੱਲੇ ਦੀਆਂ ਪਲੇਟਾਂ ਆਪਾਂ ਪਾ ਲਈਆਂ ਆਪਣੇ ਆ ਇਸ ਤਰ੍ਹਾਂ ਕੱਪ ਬਣ ਗਏ ਇਹਦੇ ਹੁਣ ਆਪਾਂ ਇਸੇ ਤਰ੍ਹਾਂ ਜਿਹੜੀਆਂ ਬੈਕ ਪਲੇਟਾਂ ਪਿਛਲੇ ਪੱਲੇ ਦੇ ਉਹ ਵੀ ਪਾ ਲੈਣੀਆਂ ਤੇ ਇਹਦੇ ਗਲ ਜੋੜ ਕੇ ਫਿਰ ਤੁਹਾਨੂੰ ਆਪਾਂ ਇਹਦੀ ਸੈਡਾਂ ਦੀ ਸਿਲਾਈ ਲਾਉਣ ਬਾਰੇ ਦੱਸਦੇ ਆਂ ਵੀ ਤੁਸੀਂ ਉਹ ਕਿਵੇਂ ਲਾਉਣੀ ਆਂ ਕਮੀਜ਼ ਦੀ ਆਪਾਂ ਪਲੇਟਾਂ ਪਾ ਕੇ ਤੇ ਆ ਇਹਦਾ ਗਲ ਲਾ ਕੇ ਆਪਾਂ ਇਹਨੂੰ ਇਸ ਤਰ੍ਹਾਂ ਜੋੜ ਲਿਆ ਇਹਦਾ ਅਗਲਾ ਪਿਛਲਾ ਆਪਾਂ ਗਲ ਬਣਾ ਲਿਆ ਇਹਦੀ ਫਿਟਿੰਗ ਦੇ ਨਿਸ਼ਾਨ ਕਿਵੇਂ ਲਾਉਣੇ ਆ ਜਿਹੜਾ ਆਪਣਾ ਦੇਖੋ ਆਪਾਂ ਕਰੀਜ਼ ਬਣਾਈ ਸੀਗੀ ਪਹਿਲਾਂ ਇਹਦਾ ਆਪਾਂ ਸੈਂਟਰ ਕਰ ਲੈਣਾ ਆ ਦੇਖੋ ਆ ਜਿਹੜੀ ਆਪਾਂ ਕਰੀਜ਼ ਬਣਾਈ ਸੀ ਇਹ ਆਪਣਾ ਸੈਂਟਰ ਹੈ ਪਹਿਲਾਂ ਤਾਂ ਆਪਣਾ ਇਹ ਇਸ ਤਰ੍ਹਾਂ ਇਸ ਤਰ੍ਹਾਂ ਹੁੰਦਾ ਹੈ ਜਦੋਂ ਆਪਾਂ ਆਹ ਵਾਲੀ ਪਲੇਟ ਪਾਉਨੇ ਆ ਤੇ ਇਹ ਆਪਣਾ ਕਪੜਾ ਅੱਗੇ ਪਿੱਛੇ ਹੋ ਜਾਂਦਾ ਯਾਨੀ ਕਿ ਇਸ ਤਰ੍ਹਾਂ ਕਰਕੇ ਆ ਜਾਂਦਾ ਹੈ ਐ ਕਰਕੇ ਫਰਕ ਪੈਂਦਾ ਇਹਦੇ ਵਿੱਚ ਅੱਧੇ ਇੰਚ ਦਾ ਕਿਉਂਕਿ ਆਪਾਂ ਜਿਹੜੀ ਇੱਥੇ ਪਲੇਟ ਪਾਉਨੇ ਆ ਇਸ ਤਰ੍ਹਾਂ ਕਰਕੇ ਇਹ ਕਪੜਾ ਇਧਰਲੇ ਪਾਸੇ ਇਕੱਠਾ ਹੋ ਜਾਂਦਾ ਆਹ ਸੈਂਟਰ ਕਰ ਲਿਆ ਆਪਾਂ ਉਸ ਤੋਂ ਬਾਅਦ ਜਿਹੜੀ ਇਹਦੀ ਆਹ ਕਮਰ ਆਪਾਂ ਕਮਰ ਦਾ ਨਿਸ਼ਾਨ ਸੀ ਇਹਨੂੰ ਇਸ ਤਰ੍ਹਾਂ ਕਰਕੇ ਸਿੱਧਾ ਕਰ ਲੈਣਾ ਤੇ ਜਿਹੜਾ ਥੱਲੇ ਆਪਣਾ ਹੈਪ ਦਾ ਨਿਸ਼ਾਨ ਸੀ ਇਹਨੂੰ ਵੀ ਆਪਾਂ ਇਸ ਤਰ੍ਹਾਂ ਸਿੱਧਾ ਕਰ ਲੈਣਾ ਹੁਣ ਆਪਾਂ ਕੀ ਕਰਨਾ ਹੁਣ ਆਪਾਂ ਇਹਦੀ ਤਿਆਰ ਫਿਟਿੰਗ ਦਾ ਨਿਸ਼ਾਨ ਲਾਉਣਾ ਹੈ ਏ ਸਾਈਜ਼ ਦੇ ਵਿੱਚ ਆਪਣੀ ਜਿਹੜੀ ਹੈਪ ਆ ਉਹ ਤਿਆਰ ਹੈਗੀ ਆ 21 ਇੰਚ ਦੀ ਆਪਾਂ ਇੱਥੇ ਸੈਂਟਰ ਦੇ ਵਿੱਚ 1.5 ਇੰਚ ਤੇ ਇੰਚ ਟੇਪ ਰੱਖ ਲੈਣਾ ਦੇਖੋ 1.5 ਇੰਚ ਤੇ ਆਪਾਂ ਇਸ ਤਰ੍ਹਾਂ ਰੱਖ ਕੇ ਇੱਕ ਨਿਸ਼ਾਨ ਇੱਧਰ ਲਾ ਦੇਣਾ ਤੇ ਇੱਕ ਨਿਸ਼ਾਨ ਆਪਾਂ 21 ਇੰਚ ਦੀ ਤਿਆਰ ਆ ਆਪਾਂ ਇੱਥੇ 21 ਇੰਚ ਤੇ ਨਿਸ਼ਾਨ ਲਾ ਦੇਣਾ ਨਹੀਂ ਤਾਂ ਕੀ ਕਰਨਾ ਸੈਂਟਰ ਦੇ ਵਿੱਚ 1.5 ਇੰਚ ਦਾ ਨਿਸ਼ਾਨ ਇੱਥੇ ਲਾ ਦੇਣਾ ਤੇ ਫਿਰ ਇੱਥੇ ਇੰਚੀ ਟੇਪ ਰੱਖ ਕੇ ਇੱਥੇ ਵੀ ਆਪਾਂ 1.5 ਇੰਚ ਤੇ ਨਿਸ਼ਾਨ ਲਾ ਦੇਣਾ ਇਹ ਏ ਸਾਈਜ਼ ਦੇ ਵਿੱਚ ਜਿਹੜੀ ਕਮਰ ਹੈਗੀ ਆ ਉਹ ਹੈਗੀ ਆ ਤਿਆਰ 17 ਇੰਚ ਦੀ ਆਪਾਂ ਕੀ ਕਰਨਾ ਇੱਥੇ ਸੈਂਟਰ ਚ ਇੰਚੀ ਟੇਪ ਰੱਖਣਾ 8.5 ਤੇ 8.5 ਮਤਲਬ ਕਿ 17 ਦਾ ਅੱਧ 8.5 ਤੇ ਆਪਾਂ ਅੱਧੇ ਚ ਰੱਖਣਾ 8.5 ਇੱਧਰ ਰੱਖ ਕੇ ਇੱਥੇ ਆਪਾਂ ਨਿਸ਼ਾਨ ਲਾ ਦੇਣਾ ਤੇ ਉਸ ਤੋਂ ਬਾਅਦ ਇੱਧਰ ਇੱਥੇ ਇੱਥੇ ਰੱਖ ਕੇ 8.5 ਤੇ ਆਪਾਂ ਇੱਧਰ ਨਿਸ਼ਾਨ ਲਾ ਦੇਣਾ ਐਂ ਕਰਕੇ ਉਸ ਤੋਂ ਬਾਅਦ ਆਪਾਂ ਉੱਪਰ ਇਹਦੀ ਫਿਟਿੰਗ ਦਾ ਨਿਸ਼ਾਨ ਲਾਉਣਾ ਇੰਚ ਟੇਪ ਰੱਖ ਕੇ ਪੌਣੇ 10 ਇੰਚ ਤੇ ਇੱਕ ਜਿਹੜਾ ਇੱਕ ਨਿਸ਼ਾਨ ਲਾਉਣਾ ਉਧਰੋਂ ਇੱਧਰਲੇ ਪਾਸੇ ਵੀ ਆਪਾਂ ਪੌਣੇ 3 ਇੰਚ ਤੇ ਨਿਸ਼ਾਨ ਲਾ ਲੈਣਾ ਹੁਣ ਆਪਾਂ ਕੀ ਕਰਨਾ ਹੈ ਆਪਣੀ ਤਿਆਰ ਬਸਟ ਸੀਜੀ ਇਹਦੇ ਵਿੱਚ 19 ਇੰਚ ਆਪਾਂ ਇੱਥੇ ਵਿਚਾਲੇ 9.5 ਇੰਚ ਤੇ ਇੰਚ ਟੇਪ ਰੱਖਣਾ 19 ਦਾ ਅੱਧ 9.5 ਬਣੂਗਾ ਇੱਥੇ ਰੱਖ ਕੇ ਆਪਾਂ ਇੱਥੇ ਇੱਕ ਨਿਸ਼ਾਨ ਲਾਉਣਾ 9.5 ਇੰਚ ਤੇ ਉਸ ਤੋਂ ਬਾਅਦ ਇੱਥੇ ਆਪਾਂ ਵਿਚਾਲੇ ਰੱਖ ਕੇ ਇਸ ਤਰ੍ਹਾਂ ਕਰਕੇ ਇਹਦੇ ਵੀ 9.5 ਇੰਚ ਤੇ ਨਿਸ਼ਾਨ ਲਾਉਣਾ ਇਸ ਤਰ੍ਹਾਂ ਆਪਾਂ ਨਿਸ਼ਾਨ ਲਾ ਲਿਆ ਇਹ ਆਪਣੀ ਇੱਥੇ ਆਪਣੀ ਤਿਆਰ ਬਸਟ ਹੋ ਗਈ 19 ਇੰਚ ਦਾ ਨਿਸ਼ਾਨ ਲੱਗ ਗਿਆ ਆ ਆਪਣਾ 17 ਇੰਚ ਦਾ ਹੋ ਗਿਆ ਤੇ ਥੱਲੇ ਆਪਣਾ 21 ਇੰਚ ਦਾ ਰੈਡੀ ਹੋ ਗਿਆ ਹੁਣ ਆਪਾਂ ਇਹਨਾਂ ਨਿਸ਼ਾਨਾਂ ਨੂੰ ਆਪਸ ਚ ਮਿਲਾਉਣਾ ਹੈ ਇਸ ਤਰ੍ਹਾਂ ਕਰਕੇ ਇਸ ਤਰ੍ਹਾਂ ਕਰਕੇ ਇਸ ਤਰ੍ਹਾਂ ਉਸ ਤੋਂ ਬਾਅਦ ਆਪਾਂ ਇਧਰਲੇ ਪਾਸੇ ਵੀ ਇਹਨੂੰ ਐਂ ਕਰਨਾ ਆ ਦੇਖੋ ਇਸ ਤਰ੍ਹਾਂ ਕਰਕੇ ਆਪਣਾ ਆ ਐਕਸਟਰਾ ਕਪੜਾ 1/2 ਇੰਚਾ ਦੇਖੋ ਉੱਪਰ ਥੱਲੇ ਆ ਇਹਨੂੰ ਆਪਾਂ ਇਕੋ ਜਿਹਾ ਕਰਕੇ ਕਟਿੰਗ ਕਰ ਲੈਣਾ ਇਧਰਲੇ ਪਾਸੇ ਤੋਂ ਵੀ ਆਪਾਂ ਇਹਨੂੰ ਜਿਹੜਾ ਆ ਐਕਸਟਰਾ ਕਪੜਾ ਥੋੜਾ ਜਿਹਾ ਵੱਧ ਗਿਆ ਆਪਾਂ ਇਹਨੂੰ ਕਟਿੰਗ ਕਰ ਲੈਣਾ ਆਪਣਾ ਉੱਪਰ ਥੱਲੇ ਜਿਹੜਾ ਕਪੜਾ ਹੈ ਹੁਣ ਆਪਾਂ ਇਹਦੀ ਫਿਟਿੰਗ ਦੀ ਸਿਲਾਈ ਲਾਉਣੀ ਆ ਪਹਿਲਾਂ ਇਹਨੂੰ ਆਪਾਂ ਇਸ ਤਰ੍ਹਾਂ ਥੋੜਾ ਜਿਹਾ ਸਿੱਟ ਪਹਿਲਾਂ ਇਹਨੂੰ ਆਪਾਂ ਇੱਥੇ ਪੌਣੇ 3 ਤੱਕ ਸਿੱਧਾ ਕਰ ਲੈਣਾ ਉਸ ਤੋਂ ਬਾਅਦ ਆਪਾਂ ਇਹਨੂੰ ਇਸ ਤਰ੍ਹਾਂ ਥੋੜੀ ਸ਼ੇਪ ਦੇ ਵਿੱਚ ਲੈ ਕੇ ਆਉਣਾ ਇਹ ਆਪਣੀ ਇਸ ਤਰ੍ਹਾਂ ਫਿਟਿੰਗ ਦੀ ਸिलाई ਲੱਗੀ ਹੁਣ ਇਸੇ ਤਰ੍ਹਾਂ ਆਪਾਂ ਦੂਸਰੇ ਪਾਸੇ ਕਰਨਾ ਪੌਣੀ 10 ਇੰਚ ਤੱਕ ਸਿੱਧਾ ਉਸ ਤੋਂ ਬਾਅਦ ਆਪਾਂ ਇਹਨੂੰ ਇੱਥੋਂ ਐਸ ਤਰ੍ਹਾਂ ਥੋੜਾ ਘਟਾਉਂਦੇ ਘਟਾਉਂਦੇ ਇੱਥੇ ਆਪਾਂ ਇਹਦੀ ਗੁਲਾਈ ਬਣਾਉਣੀ ਆ ਆ ਚੀਜ਼ ਤੇ ਕਮਰ ਦੀ ਸ਼ੇਪ ਤੇ ਜਦੋਂ ਤੁਸੀਂ ਸ਼ਰਟ ਦੀ ਸਿਲਾਈ ਲਾਉਣੀ ਆ ਇਹਨੂੰ ਏ ਸ਼ੇਪ ਨਹੀਂ ਬਣਾਉਣਾ ਹੈਗਾ ਏ ਸ਼ੇਪ ਦੇ ਵਿੱਚ ਜਿਹੜੀ ਸ਼ਰਟ ਦੀ ਲੁੱਕ ਹੁੰਦੀ ਆ ਉਹ ਖਰਾਬ ਹੋ ਜਾਂਦੀ ਆ ਤਾਂ ਇਹ ਆਪਾਂ ਇਹਨੂੰ ਪ੍ਰੋਪਰ ਇੱਥੇ ਲਿਆ ਕੇ ਮਿਲਾਉਣਾ ਦੇਖੋ ਇਸ ਤਰ੍ਹਾਂ ਇਸ ਤਰ੍ਹਾਂ ਸਿੱਧੇ ਤੇ ਲਿਆ ਕੇ ਮਲਾਉਣਾ ਜੇ ਤੁਸੀਂ ਕਿਸੇ ਦਾ ਡਰੈਸ ਬਣਾਉਣਾ ਹੈ ਪਹਿਲਾਂ ਇਹਨੂੰ ਇੰਟਰਲੌਕ ਕਰਨਾ ਹੈ ਇੰਟਰਲੌਕ ਕਰਨ ਤੋਂ ਬਾਅਦ ਫੇਰੇ ਦੇ ਵਿੱਚ ਛੋਟੇ-ਛੋਟੇ ਕੱਟ ਲਾਉਣੇ ਆ ਇਸ ਤਰ੍ਹਾਂ ਕਰਕੇ ਬਸ ਇਹ ਕੱਟ ਜ਼ਿਆਦਾ ਅੰਦਰ ਨੂੰ ਕਰਕੇ ਨਹੀਂ ਲਾਉਣੇ ਬਸ ਇੰਨੇ ਕੀ ਲਾਉਣੇ ਆ ਕਿ ਅੱਧੇ-ਅੱਧੇ ਇੰਚ ਤੱਕ ਇਹ ਕੱਟ ਆਉਣ। ਉਹ ਇਸ ਤਰ੍ਹਾਂ ਆਪਣੀ ਆ ਸ਼ਰਟ ਦੀ ਪ੍ਰੋਪਰ ਫਿਟਿੰਗ ਹੋ ਗਈ ਆ। ਜਦੋਂ ਆ ਜਿਹੜੇ ਆਪਣੇ ਆਹ ਕਪੜਾ ਉੱਪਰ ਉੱਠਿਆ ਜਦੋਂ ਇਹਨੂੰ ਕੋਈ ਪਾਊਗਾ ਇਹ ਆਪਣੇ ਆਪ ਉਹਦਾ ਫਿਟਿੰਗ ਚ ਆ ਜਾਊਗਾ। ਇਹ ਸੀ ਕਿ ਆਪਣੀ ਛੋਟੀ ਜੀ ਵੀਡੀਓ ਵੀਡੀਓ ਤੁਹਾਨੂੰ ਵਧੀਆ ਲੱਗੇ ਤਾਂ ਵੀਡੀਓ ਨੂੰ ਲਾਈਕ ਜ਼ਰੂਰ ਕਰਿਓ ਤੇ ਜੇ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲਿਓ। ਕਿਉਂਕਿ ਇਸ ਤਰ੍ਹਾਂ ਦੇ ਨੌਲੇਜਫੁਲ ਵੀਡੀਓ ਅਸੀਂ ਤੁਹਾਡੇ ਲਈ ਲੈ ਕੇ ਆਉਂਦੇ ਰਹਿਣੇ ਆਂ ਤੇ ਚਲੋ ਹੁਣ ਮਿਲਦੇ